ਮੋਹਾਲੀ ਜ਼ਿਲ੍ਹੇ ਦੇ ਖਰੜ ਪੁਲਿਸ ਨੇ ਇੱਕ ਜਾਲੀ ਕਰੰਸੀ ਦੇ ਨਾਲ ਇੱਕ ਸੁਖਮੀਤ ਸਿੰਘ ਦੇ ਨਾਂ ਦੇ ਨੌਜਵਾਨ ਨੂੰ ਕਾਬੂ ਕੀਤਾ ਹੈ। ਹਾਲਾਂਕਿ ਪੁਲਿਸ ਨੂੰ ਇੱਕ ਟਿਪ ਆਫ ਸੀ, ਜਿਸ ਤੋਂ ਬਾਅਦ ਜਦ ਰੇਡ ਕੀਤੀ ਗਈ ਤਾਂ ਉਹਦੇ ਕੋਲੋਂ ਕਰੰਸੀ, ਜਿਹੜੇ ਜਾਲੀ ਕਰੰਸੀ ਹੈ 500-500 ਨੋਟਾਂ ਦੀ, ਉਹ ਰਿਕਵਰ ਕੀਤੀ ਗਈ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਧੂ ਸਰ, ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਕਦ ਆਇਆ ਸੀਗਾ ਅਤੇ ਰਿਕਵਰੀ ਕੀ ਕੀ ਹੈ? ਇਹ ਬੇਸਿਕਲੀ ਜੀ, ਸਾਨੂੰ ਇਨਫੋਰਮੇਸ਼ਨ ਟਿਪ ਆਫ ਮਿਲੀ ਸੀਗੀ ਕਿ ਸੰਤੇ ਮਾਜਰੇ SBP ਸਿਟੀ 'ਚ ਰਹਿਣ ਵਾਲਾ ਇੱਕ ਵਿਅਕਤੀ ਹੈਗਾ ਸੁਖਮੀਤ ਸਿੰਘ ਨਾਂ ਦਾ, ਵੀ ਉਹਦੇ ਕੋਲ ਕੁਛ ਫੇਕ ਕਰੰਸੀ ਦੀ ਪੋਜੈਸ਼ਨ ਦੀ ਇਨਫੋਰਮੇਸ਼ਨ ਸੀਗੀ। ਜਦੋਂ ਰੇਡ ਕੀਤੀ ਤਾਂ ਉੱਥੇ ਸਾਨੂੰ 47,000 ਜਿਹੜੇ ਨੇ 500-500 ਦੇ ਭਾਰਤੀ ਕਰੰਸੀ ਦੇ ਜਾਲੀ ਨੋਟ ਜੋ ਰਿਕਵਰ ਹੋਏ ਨੇ, ਅਤੇ ਉਹਦੇ ਉਪਰੰਤ ਮੁਕੱਦਮਾ ਦਰਜ ਕੀਤਾ ਹੋਇਆ ਸਦਰ ਥਾਣੇ PS ਸਦਰ ਖਰੜ 'ਚ। ਠੀਕ ਹੈ, ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੁਛ ਸਾਹਮਣੇ ਆਇਆ ਇਹ ਕਿੱਥੋਂ, ਇਹ ਕਿਸ ਤਰ੍ਹਾਂ ਇਹ ਬਣਾ ਰਿਹਾ ਸੀਗਾ, ਕਿਸ ਤਰ੍ਹਾਂ ਸਕੈਨਿੰਗ, ਕੋਈ ਮਸ਼ੀਨ ਵਗੈਰਾ? ਹਾਂਜੀ, ਇਨੀਸ਼ੀਅਲ ਪੁੱਛਗਿੱਛ 'ਚ ਇਹੀ ਆਇਆ ਕਿ ਇਹਨੇ ਹਜੇ ਤਾਂ ਟੈਸਟ ਕਰ ਰਿਹਾ ਸੀਗਾ, ਵੀ ਕੋਈ ਸਕੈਨਰ ਦੇ ਨਾਲ ਹੀ ਟੈਸਟ ਕਰ ਰਿਹਾ ਸੀਗਾ। ਇਹਦੇ ਕੋਲ ਆਪਦੇ ਕੋਲ ਹੀ ਪੋਜੈਸ਼ਨ 'ਚ ਕੋਈ ਜਿਵੇਂ 500 ਦੇ ਨੋਟ ਸੀਗੇ, ਉਹਨਾਂ ਨਾਲ ਹੀ ਸਕੈਨ ਕਰਕੇ ਟੈਸਟ ਕਰ ਰਿਹਾ ਸੀਗਾ ਕਿ ਕਿਸ ਤਰੀਕੇ ਦੇ ਕੁਆਲਿਟੀ ਦੇ ਜੋ ਨੋਟ ਹੈਗੇ ਨੇ, ਵਧੀਆ ਤੋਂ ਵਧੀਆ ਆਪਦੇ ਤਰੀਕੇ ਨਾਲ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਇਹੀ ਆਇਆ, ਅਤੇ ਬਾਕੀ ਇਹਦੇ ਤੋਂ ਫਰਦਰ ਕੁਐਸਚਨਿੰਗ ਜਾਰੀ ਹੈ ਕਿ ਕਿਤੇ ਇਹਨੇ ਪਹਿਲਾਂ ਕੋਈ ਸਰਕੂਲੇਟ ਕੀਤੇ ਹੋਣ ਤਾਂ ਉਹ ਚੀਜ਼ਾਂ ਬਾਰੇ ਪੁੱਛਗਿੱਛ ਜਾਰੀ ਹੈ। ਡਿਪਟੀ ਸਾਹਿਬ, ਇਹ ਕੋਈ ਹੋਰ ਵੀ ਇਹਦੇ ਨਾਲ ਇਨਵੋਲਵਮੈਂਟ ਸਾਹਮਣੇ ਆਈ ਹੈ? ਇਹ ਕਿੰਨੇ ਦਿਨਾਂ ਤੋਂ ਕੰਮ ਕਰ ਰਿਹਾ ਸੀਗਾ, ਕੋਈ ਕ੍ਰਿਮੀਨਲ ਬੈਕਗ੍ਰਾਊਂਡ ਹੋਵੇ? ਨਹੀਂ, ਕ੍ਰਿਮੀਨਲ ਬੈਕਗ੍ਰਾਊਂਡ ਇਹਦਾ ਕੋਈ ਨਹੀਂ ਹੈਗਾ ਜੀ। ਇਹ ਪ੍ਰੋਪਰਟੀ ਰਿਲੇਟਡ, ਜਿਵੇਂ ਪ੍ਰੋਪਰਟੀ ਡੀਲਰ ਦਾ ਜੋ ਕੰਮ ਇੱਥੇ ਲੋਕਲ ਕਰਦਾ ਸੀਗਾ, ਅਤੇ ਜੋ ਬਾਈ ਪ੍ਰੋਫੈਸ਼ਨ, ਅਤੇ ਹੋਰ ਕਿਸੇ ਦੀ ਕੋਈ ਖਾਸ ਇਨਵੋਲਵਮੈਂਟ ਨਹੀਂ ਆਈ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕ੍ਰਿਮੀਨਲ ਬੈਕਗ੍ਰਾਊਂਡ ਕੋਈ ਨਹੀਂ ਹੈਗਾ, ਜਸਟ ਇੱਕ ਇਹਨੇ ਲਾਲਚ ਦੇ ਕਰਕੇ ਇੱਕ ਟੈਸਟ ਕਰਕੇ ਦੇਖ ਰਿਹਾ ਸੀਗਾ, ਅਤੇ ਇਨੀਸ਼ੀਅਲ ਕੁਐਸਚਨਿੰਗ 'ਚ ਇਹੀ ਚੀਜ਼ ਸਾਹਮਣੇ। ਅੱਗੇ ਚਲਾਏ ਤਾਂ ਨਹੀਂ ਕਿਸੇ ਮਾਰਕੀਟ ਏਰੀਆ 'ਚ? ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਮਾਰਕੀਟ ਚਲਾਉਣ ਦੀ ਵੀ ਇਹਨੀ ਤਿਆਰੀ ਕੀਤੀ ਹੋਈ ਸੀ। ਸਾਨੂੰ ਇਨਫੋਰਮੇਸ਼ਨ ਇਹੀ ਮਿਲੀ ਸੀਗੀ ਕਿ ਹੋ ਸਕਦਾ ਕਿ ਉਹ ਕਿਤੇ ਮਾਰਕੀਟ 'ਚ ਲਾਉਣ ਦੀ ਕੋਸ਼ਿਸ਼ ਕਰੇ, ਪਰ ਹਜੇ ਉਹ ਬਹੁਤ ਹੀ ਪ੍ਰੀਲਿਮਨਰੀ ਸਟੇਜ 'ਤੇ ਆਪਦੇ ਆਪ ਨੂੰ, ਮਤਲਬ ਉਹ ਚੀਜ਼ ਟੈਸਟ ਕਰ ਰਿਹਾ ਸੀਗਾ, ਅਤੇ ਜੋ ਇਕਵਿਪਮੈਂਟਸ ਵਗੈਰਾ ਉਹ ਅਸੀਂ ਰਿਕਵਰ ਕਰ ਰਹੇ ਹਾਂ, ਅਤੇ ਉਹਦੇ ਤੋਂ ਵੀ ਸਾਨੂੰ ਫਰਦਰ ਜੋ ਆ ਹੋਰ ਚੀਜ਼ਾਂ ਸਾਹਮਣੇ ਆ। ਜਾਲੀ ਕਰੰਸੀ ਰਿਕਵਰ ਕਰ ਲਈ ਕਿੰਨੇ ਜਿਹੜੇ ਹੈਗੇ ਪੂਰੀ? ਇਹ ਜੀ 500-500 ਦੇ ਨੋਟ ਸੀਗੇ, ਟੋਟਲ 47,000 ਸੀ, ਜੋ 47,000 ਦੀ ਕਰੰਸੀ ਸੀ ਟੋਟਲ ਜਾਲੀ। ਹਾਂਜੀ, ਉਹ ਰਿਕਵਰ ਕਰ ਲਈ। ਠੀਕ ਹੈ, ਅਤੇ ਸਰ ਨੇ ਜਿੱਦਾਂ ਜਾਣਕਾਰੀ ਦਿੱਤੀ ਕਿ ਰਿਕਵਰੀ ਹੋ ਚੁੱਕੀ ਹੈ, ਹਾਲਾਂਕਿ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਕਿਸ ਤਰ੍ਹਾਂ ਇਹ ਪੂਰਾ ਕਰ ਰਿਹਾ ਸੀਗਾ, ਹੋਰ ਇਹ ਨੈਕਸਸ ਤਾਂ ਨਹੀਂ ਕੋਈ ਚਲਾ ਰਿਹਾ ਸੀਗਾ, ਹੋਰ ਵੀ ਕੋਈ ਇਹਦੇ ਵਿੱਚ ਸ਼ਾਮਿਲ ਹੈ? ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਇਹ ਸਕੈਨਰ ਦਾ ਨਾਲ ਤਿਆਰੀ ਕਰ ਰਿਹਾ ਸੀਗਾ, ਅੱਗੇ ਮਾਰਕੀਟ 'ਚ ਇਹਨੇ ਚਲਾਉਣ ਦੀ ਤਿਆਰੀ ਵੀ ਕੀਤੀ ਹੋਈ ਸੀ, ਲੇਕਿਨ ਇੱਕ ਟਿਪ ਆਫ ਦੇ ਚੱਲਦੇ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਹੈ ਅਤੇ ਹੁਣ ਪੁੱਛਗਿੱਛ ਲਗਾਤਾਰ ਜਾਰੀ ਹੈ। ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਮੋਹਾਲੀ ਜ਼ਿਲ੍ਹੇ ਦੇ ਖਰੜ ਪੁਲਿਸ ਨੇ ਇੱਕ ਜਾਲੀ ਕਰੰਸੀ ਦੇ ਨਾਲ ਇੱਕ ਸੁਖਮੀਤ ਸਿੰਘ ਦੇ ਨਾਂ ਦੇ ਨੌਜਵਾਨ ਨੂੰ ਕਾਬੂ ਕੀਤਾ ਹੈ। ਹਾਲਾਂਕਿ ਪੁਲਿਸ ਨੂੰ ਇੱਕ ਟਿਪ ਆਫ ਸੀ, ਜਿਸ ਤੋਂ ਬਾਅਦ ਜਦ ਰੇਡ ਕੀਤੀ ਗਈ ਤਾਂ ਉਹਦੇ ਕੋਲੋਂ ਕਰੰਸੀ, ਜਿਹੜੇ ਜਾਲੀ ਕਰੰਸੀ ਹੈ 500-500 ਨੋਟਾਂ ਦੀ, ਉਹ ਰਿਕਵਰ ਕੀਤੀ ਗਈ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਧੂ ਸਰ, ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਕਦ ਆਇਆ ਸੀਗਾ ਅਤੇ ਰਿਕਵਰੀ ਕੀ ਕੀ ਹੈ? ਇਹ ਬੇਸਿਕਲੀ ਜੀ, ਸਾਨੂੰ ਇਨਫੋਰਮੇਸ਼ਨ ਟਿਪ ਆਫ ਮਿਲੀ ਸੀਗੀ ਕਿ ਸੰਤੇ ਮਾਜਰੇ SBP ਸਿਟੀ 'ਚ ਰਹਿਣ ਵਾਲਾ ਇੱਕ ਵਿਅਕਤੀ ਹੈਗਾ ਸੁਖਮੀਤ ਸਿੰਘ ਨਾਂ ਦਾ, ਵੀ ਉਹਦੇ ਕੋਲ ਕੁਛ ਫੇਕ ਕਰੰਸੀ ਦੀ ਪੋਜੈਸ਼ਨ ਦੀ ਇਨਫੋਰਮੇਸ਼ਨ ਸੀਗੀ। ਜਦੋਂ ਰੇਡ ਕੀਤੀ ਤਾਂ ਉੱਥੇ ਸਾਨੂੰ 47,000 ਜਿਹੜੇ ਨੇ 500-500 ਦੇ ਭਾਰਤੀ ਕਰੰਸੀ ਦੇ ਜਾਲੀ ਨੋਟ ਜੋ ਰਿਕਵਰ ਹੋਏ ਨੇ, ਅਤੇ ਉਹਦੇ ਉਪਰੰਤ ਮੁਕੱਦਮਾ ਦਰਜ ਕੀਤਾ ਹੋਇਆ ਸਦਰ ਥਾਣੇ PS ਸਦਰ ਖਰੜ 'ਚ। ਠੀਕ ਹੈ, ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੁਛ ਸਾਹਮਣੇ ਆਇਆ ਇਹ ਕਿੱਥੋਂ, ਇਹ ਕਿਸ ਤਰ੍ਹਾਂ ਇਹ ਬਣਾ ਰਿਹਾ ਸੀਗਾ, ਕਿਸ ਤਰ੍ਹਾਂ ਸਕੈਨਿੰਗ, ਕੋਈ ਮਸ਼ੀਨ ਵਗੈਰਾ? ਹਾਂਜੀ, ਇਨੀਸ਼ੀਅਲ ਪੁੱਛਗਿੱਛ 'ਚ ਇਹੀ ਆਇਆ ਕਿ ਇਹਨੇ ਹਜੇ ਤਾਂ ਟੈਸਟ ਕਰ ਰਿਹਾ ਸੀਗਾ, ਵੀ ਕੋਈ ਸਕੈਨਰ ਦੇ ਨਾਲ ਹੀ ਟੈਸਟ ਕਰ ਰਿਹਾ ਸੀਗਾ। ਇਹਦੇ ਕੋਲ ਆਪਦੇ ਕੋਲ ਹੀ ਪੋਜੈਸ਼ਨ 'ਚ ਕੋਈ ਜਿਵੇਂ 500 ਦੇ ਨੋਟ ਸੀਗੇ, ਉਹਨਾਂ ਨਾਲ ਹੀ ਸਕੈਨ ਕਰਕੇ ਟੈਸਟ ਕਰ ਰਿਹਾ ਸੀਗਾ ਕਿ ਕਿਸ ਤਰੀਕੇ ਦੇ ਕੁਆਲਿਟੀ ਦੇ ਜੋ ਨੋਟ ਹੈਗੇ ਨੇ,
ਵਧੀਆ ਤੋਂ ਵਧੀਆ ਆਪਦੇ ਤਰੀਕੇ ਨਾਲ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਇਹੀ ਆਇਆ ਅਤੇ ਬਾਕੀ ਇਹਦੇ ਤੋਂ ਫਰਦਰ ਕੁਐਸਚਨਿੰਗ ਜਾਰੀ ਹੈ ਕਿ ਕਿਤੇ ਇਹਨੇ ਪਹਿਲਾਂ ਕੋਈ ਸਰਕੂਲੇਟ ਕੀਤੇ ਹੁਣ ਤਾਂ ਉਹ ਚੀਜ਼ਾਂ ਬਾਰੇ ਪੁੱਛਗਿੱਛ ਜਾਰੀ ਹੈ ਜੀ। ਡਿਪਟੀ ਸਾਹਿਬ, ਇਹ ਕੋਈ ਹੋਰ ਵੀ ਇਹਦੇ ਨਾਲ ਇਨਵੋਲਵਮੈਂਟ ਸਾਹਮਣੇ ਆਈ ਹੈ? ਇਹ ਕਿੰਨੇ ਦਿਨਾਂ ਤੋਂ ਕੰਮ ਕਰ ਰਿਹਾ ਸੀਗਾ? ਕੋਈ ਕ੍ਰਿਮੀਨਲ ਬੈਕਗ੍ਰਾਊਂਡ ਹੋਵੇ? ਨਹੀਂ, ਕ੍ਰਿਮੀਨਲ ਬੈਕਗ੍ਰਾਊਂਡ ਇਹਦਾ ਕੋਈ ਨਹੀਂ ਹੈਗਾ ਜੀ। ਇਹ ਪ੍ਰੋਪਰਟੀ ਰਿਲੇਟਡ, ਜਿਵੇਂ ਪ੍ਰੋਪਰਟੀ ਡੀਲਰ ਦਾ ਜੋ ਕੰਮ ਇੱਥੇ ਲੋਕਲ ਕਰਦਾ ਸੀਗਾ ਅਤੇ ਜੋ ਬਾਈ ਪ੍ਰੋਫੈਸ਼ਨ, ਅਤੇ ਹੋਰ ਕਿਸੇ ਦੀ ਕੋਈ ਖਾਸ ਇਨਵੋਲਵਮੈਂਟ ਨਹੀਂ ਆਈ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕ੍ਰਿਮੀਨਲ ਬੈਕਗ੍ਰਾਊਂਡ ਕੋਈ ਨਹੀਂ ਹੈਗਾ, ਜਸਟ ਇੱਕ ਇਹਨੇ ਲਾਲਚ ਦੇ ਕਰਕੇ ਇੱਕ ਟੈਸਟ ਕਰਕੇ ਦੇਖ ਰਿਹਾ ਸੀਗਾ ਅਤੇ ਇਨੀਸ਼ੀਅਲ ਕੁਐਸਚਨਿੰਗ 'ਚ ਇਹੀ ਚੀਜ਼ ਸਾਹਮਣੇ। ਅੱਗੇ ਚਲਾਇਆ ਤਾਂ ਨਹੀਂ ਕਿਸੇ ਮਾਰਕੀਟ ਏਰੀਆ 'ਚ? ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਮਾਰਕੀਟ ਚਲਾਉਣ ਦੀ ਵੀ ਇੰਨੀ ਤਿਆਰੀ ਕੀਤੀ ਹੋਈ ਸੀ। ਸਾਨੂੰ ਇਨਫੋਰਮੇਸ਼ਨ ਇਹੀ ਮਿਲੀ ਸੀਗੀ ਕਿ ਹੋ ਸਕਦਾ ਕਿ ਉਹ ਕਿਤੇ ਮਾਰਕੀਟ 'ਚ ਲਾਉਣ ਦੀ ਕੋਸ਼ਿਸ਼ ਕਰੇ, ਪਰ ਹਜੇ ਉਹ ਬਹੁਤ ਹੀ ਪ੍ਰੀਲਿਮਿਨਰੀ ਸਟੇਜ 'ਤੇ ਆਪਣੇ ਆਪ ਨੂੰ ਮਤਲਬ ਉਹ ਚੀਜ਼ ਟੈਸਟ ਕਰ ਰਿਹਾ ਸੀਗਾ ਅਤੇ ਜੋ ਇਕਵਿਪਮੈਂਟਸ ਵਗੈਰਾ ਉਹ ਅਸੀਂ ਰਿਕਵਰ ਕਰ ਰਹੇ ਹਾਂ ਅਤੇ ਉਹਦੇ ਤੋਂ ਵੀ ਸਾਨੂੰ ਫਰਦਰ ਜੋ ਆ ਹੋਰ ਚੀਜ਼ਾਂ ਸਾਹਮਣੇ ਆਉਂਦੀ। ਜਾਲੀ ਕਰੰਸੀ ਰਿਕਵਰ ਕਰ ਲਈ ਕਿੰਨੇ ਜਿਹੜੇ ਹੈਗੇ ਪੂਰੀ? ਇਹ ਜੀ 500-500 ਦੇ ਨੋਟ ਸੀਗੇ, ਟੋਟਲ 47,000 ਸੀ, ਜੋ 47,000 ਦੀ ਕਰੰਸੀ ਸੀ ਟੋਟਲ ਜਾਲੀ। ਹਾਂਜੀ, ਉਹ ਰਿਕਵਰ ਕਰ ਲਈ। ਠੀਕ ਹੈ, ਅਤੇ ਸਰ ਨੇ ਜਿੱਦਾਂ ਜਾਣਕਾਰੀ ਦਿੱਤੀ ਕਿ ਰਿਕਵਰੀ ਹੋ ਚੁੱਕੀ ਹੈ, ਹਾਲਾਂਕਿ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਕਿਸ ਤਰ੍ਹਾਂ ਇਹ ਪੂਰਾ ਕਰ ਰਿਹਾ ਸੀਗਾ, ਹੋਰ ਇਹ ਨੈਕਸਸ ਤਾਂ ਨਹੀਂ ਕੋਈ ਚਲਾ ਰਿਹਾ ਸੀਗਾ, ਹੋਰ ਵੀ ਕੋਈ ਇਹਦੇ ਵਿੱਚ ਸ਼ਾਮਿਲ ਹੈ? ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਇਹ ਸਕੈਨਰ ਦਾ ਨਾਲ ਤਿਆਰੀ ਕਰ ਰਿਹਾ ਸੀਗਾ, ਅੱਗੇ ਮਾਰਕੀਟ 'ਚ ਇਹਨੇ ਚਲਾਉਣ ਦੀ ਤਿਆਰੀ ਵੀ ਕੀਤੀ ਹੋਈ ਸੀ, ਲੇਕਿਨ ਇੱਕ ਟਿਪ ਆਫ ਦੇ ਚੱਲਦੇ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਅਤੇ ਹੁਣ ਪੁੱਛਗਿੱਛ ਲਗਾਤਾਰ ਜਾਰੀ ਹੈ। ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।